ਕਾਲ ਜੀ ਸਾਰਿਆਂ ਨੂੰ, ਤੇ ਅਸੀਂ ਅੱਜ ਜਾ ਰਹੇ ਹਾਂ ਜੀ ਆਗਰਾ, ਤੇ ਟਿਕਟ ਨਾ ਬੁੱਕ ਹੋਣ ਦੀ ਵਜ੍ਹਾ ਨਾਲ ਅਸੀਂ ਇੱਥੋਂ ਜਾਵਾਂਗੇ ਹੁਸ਼ਿਆਰਪੁਰ। ਹੁਸ਼ਿਆਰਪੁਰੋਂ ਡਾਇਰੈਕਟ ਟ੍ਰੇਨ ਚੱਲਦੀ ਆ ਹੁਸ਼ਿਆਰਪੁਰ ਤੋਂ ਆਗਰਾ, ਤੇ ਉਹਦੇ ਵਿੱਚ ਸਫ਼ਰ ਕਰਾਂਗੇ, ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਕਿੱਦਾਂ ਸਫ਼ਰ ਹੁੰਦਾ। ਅਸੀਂ ਜਾ ਰਹੇ ਹਾਂ ਜੀ ਸਟੇਸ਼ਨ, ਤੇ ਮੇਰੇ ਨਾਲ ਹੈਗੇ ਆ ਸੋਮਾ ਭਾਜੀ, ਜੈ ਪ੍ਰਕਾਸ਼ ਤੇ ਮੇਰੀ ਬੇਟੀ, ਤੇ ਅਸੀਂ ਹੁਣ ਸਟੇਸ਼ਨ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਹਾਂ ਬਾਕੀ। ਪਹੁੰਚ ਚੁੱਕੇ ਹਾਂ ਜਲੰਧਰ ਸਟੇਸ਼ਨ ਤੇ, ਤੇ ਪਰ ਟ੍ਰੇਨ 4:30 ਦੀ ਸੀਗੀ, 4:40 ਹੋ ਗਏ, ਦੇਖਦੇ ਹਾਂ ਹੁਣ ਨਿਕਲ ਗਈ ਕਿ ਹੈਗੀ ਆ। ਇਹਦੇ ਬਾਅਦ ਫਿਰ 7 ਵਜੇ ਆ ਟ੍ਰੇਨ ਹੁਣ। ਸੋ ਇਹ ਪਹੁੰਚ ਗਏ ਜੀ ਜਲੰਧਰ ਸਟੇਸ਼ਨ ਤੇ, ਚੈੱਕ ਕਰਦੇ ਹਾਂ ਵੀ ਨਿਕਲ ਗਈ ਕਿ ਹੈਗੀ। ਸੋ ਇਹ ਰਸ਼ ਹੈ ਇਸ ਟਾਈਮ ਜਲੰਧਰ ਸਟੇਸ਼ਨ ਤੇ, ਅਸੀਂ 5 ਨੰਬਰ ਪਲੇਟਫਾਰਮ ਤੋਂ ਦੇਖਣਾ। ਸੋ ਸਾਡੇ ਸਾਹਮਣੇ ਹੈ 5 ਨੰਬਰ ਪਲੇਟਫਾਰਮ, ਅਤੇ ਹਜੇ ਹੈ 2-4 ਮਿੰਟ ਓਨਲੀ ਟ੍ਰੇਨ ਦੇ, ਦੇਖਦੇ ਹਾਂ ਮਿਲਦੀ ਹੈ ਕਿ ਨਹੀਂ। ਸੋ ਜਿਹੜੀ ਭੀੜ ਆ ਉਹ ਪੂਰੀ ਜ਼ਬਰਦਸਤ, ਰਸ਼ ਆ ਚਾਰੇ ਪਾਸੇ, ਅਤੇ ਹੁਸ਼ਿਆਰਪੁਰ ਪਹੁੰਚਣ ਵਾਲਿਆਂ ਦੀ ਟ੍ਰੇਨ ਥੋੜ੍ਹੀ ਜਿਹੀ ਲੇਟ ਆ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੇਟ ਹੋਣ ਦਾ ਕਰਕੇ ਸਾਨੂੰ ਮਿਲ ਜੂਗੀ, ਬਾਕੀ ਦੇਖਦੇ ਹਾਂ। ਅਨਾਊਂਸਮੈਂਟ ਹੋ ਚੁੱਕੀ ਹੈ, ਸਾਡੀ ਜਿਹੜੀ ਟ੍ਰੇਨ ਆ ਉਹ ਆ ਚੁੱਕੀ ਹੈ ਪਲੇਟਫਾਰਮ ਨੰਬਰ 5 ਦੇ ਉੱਤੇ, ਅਤੇ ਤੁਸੀਂ ਆਹ ਦੇਖ ਸਕਦੇ ਹੋ ਉਹਦਾ। ਇਹ ਆ ਗਈ ਜੀ ਸਾਡਾ DMU ਜਿਹੜਾ ਸਾਨੂੰ ਹੁਸ਼ਿਆਰਪੁਰ ਤੱਕ ਲੈ ਕੇ ਜਾਏਗਾ। ਤਕਰੀਬਨ ਆਲਮੋਸਟ ਸਾਰਾ ਖਾਲੀ ਆ, ਅਤੇ ਭੀੜ ਜਿਹੜੀ ਆ ਉਹ ਬਹੁਤ ਜ਼ਿਆਦਾ, ਮੇਰੇ ਖਿਆਲ ਨਾਲ ਇੱਥੇ ਹੀ ਭਰ ਜਾਣਾ ਸਾਰਾ, ਛਾਲ ਮਾਰ ਕੇ ਚੜ੍ਹਨਾ ਪੈਣਾ ਸਾਰੇ ਪਾਸੇ। ਅਤੇ ਆ ਜਾਓ ਦੇਖਦੇ, ਸੀਟ ਸਾਨੂੰ ਮਿਲ ਚੁੱਕੀ, ਜੈ ਪ੍ਰਕਾਸ਼ ਵੀ ਬੈਠ ਗਿਆ, ਮੈਂ ਅਤੇ ਮੰਨਾ ਅਤੇ ਸੋਮਾ ਭਾਜੀ ਵੀ, ਅਤੇ ਅਸੀਂ ਬਿਲਕੁਲ ਰੈਡੀ ਹਾਂ ਹੁਣ ਸਫ਼ਰ ਕਰਨ ਲਈ ਹੁਸ਼ਿਆਰਪੁਰ ਦਾ। ਜਿਹੜਾ ਟ੍ਰੇਨ ਵਿੱਚ ਰਸ਼ ਆ ਉਹ ਤਕਰੀਬਨ ਪੂਰੀ ਤਰ੍ਹਾਂ ਫੁੱਲ ਹੋ ਚੁੱਕੀ ਹੈ, ਦੋਨਾਂ ਪਾਸੇ ਦੇਖ ਸਕਦੇ ਹੋ ਜੀ, ਇੱਧਰ ਵੀ ਅਤੇ ਇੱਧਰ ਵੀ, ਬਿਲਕੁਲ ਮੈਂ ਕਹਿੰਦਾ ਕੋਈ ਜਗ੍ਹਾ ਰਹੀ ਨਹੀਂ, ਜਿੰਨੀ ਪਲੇਟਫਾਰਮ 'ਤੇ ਸਾਰੀ ਭੀੜ ਸਾਰੀ ਦੀ ਸਾਰੀ ਚੜ੍ਹ ਚੁੱਕੀ ਇੱਥੇ। 4:30 ਦਾ ਜਿਹੜਾ ਟਾਈਮ ਸੀਗਾ ਉਹ ਹੈ ਸੀਗਾ ਇੱਥੋਂ ਡਿਪਾਰਚਰ ਦਾ, ਇਸ ਟਾਈਮ 5 ਵੱਜ ਚੁੱਕੇ ਆ, ਲੇਟ ਹੋਣ ਦੀ ਵਜ੍ਹਾ ਨਾਲ ਸਾਨੂੰ ਮਿਲ ਗਈ, ਨਹੀਂ ਤਾਂ ਅਸੀਂ ਸ਼ਾਇਦ ਨਾ ਹੀ ਇਹਨੂੰ ਕਰ ਸਕਦੇ। ਸਾਹਮਣੇ ਖੜ੍ਹਾ ਹੋਇਆ DMU ਜੋ ਨਕੋਦਰ ਜਾਣ ਲਈ ਰੈਡੀ ਹੈ 1 ਨੰਬਰ ਪਲੇਟਫਾਰਮ ਤੋਂ। ਨਕੋਦਰ ਜਾਣ ਵਾਲੀ ਜਿਹੜੀ ਟ੍ਰੇਨ ਆ ਉਹਦਾ, ਨਕੋਦਰ ਜਾਣ ਵਾਲੀ DMU ਦਾ ਜਿਹੜਾ ਡਿਪਾਰਚਰ ਉਹ ਜਲੰਧਰ ਪਲੇਟਫਾਰਮ ਨੰਬਰ 1 ਤੋਂ ਕਰ ਦਿੱਤਾ ਗਿਆ, ਅਤੇ ਅਸੀਂ ਹਜੇ ਵੀ ਵੇਟ ਕਰ ਰਹੇ ਹਾਂ ਕਿ ਕਿਸ ਟਾਈਮ ਇਹ ਜਿਹੜੀ ਆ ਉਹ 5:15 ਹੋ ਚੁੱਕੇ ਆ, 4:30 ਦਾ ਟਾਈਮ ਸੀਗਾ ਉਹਨੂੰ ਕਿਸ ਸਮੇਂ ਇੱਥੋਂ ਡਿਪਾਰਚਰ ਦਿੱਤਾ ਜਾਂਦਾ। ਸੋ ਪਲੇਟਫਾਰਮ ਨੰਬਰ 2 ਦੇ ਉੱਤੇ ਛੱਤੀਸਗੜ੍ਹ ਐਕਸਪ੍ਰੈਸ ਖੜ੍ਹੀ ਹੈ ਇਸ ਟਾਈਮ, ਜਿਹੜੀ ਅੰਮ੍ਰਿਤਸਰ ਤੋਂ ਚੱਲ ਕੇ ਛੱਤੀਸਗੜ੍ਹ ਜਾਣ ਲਈ ਰੈਡੀ ਹੈ, ਅਤੇ ਸਾਡੀ ਗੱਡੀ ਨੂੰ ਹਜੇ ਵੀ ਡਿਪਾਰਚਰ ਜਿਹੜਾ ਉਹ ਨਹੀਂ ਦਿੱਤਾ ਗਿਆ, ਟਾਈਮ ਜਿਹੜਾ ਉਹ 5:30 ਦਾ ਹੋ ਚੱਲਿਆ, ਅਤੇ ਘੱਟੋ ਘੱਟ ਗੱਡੀ 1 ਘੰਟਾ ਲੇਟ ਆ ਇੱਥੇ। ਟ੍ਰੇਨ ਨੰਬਰ 18-237 ਅੰਮ੍ਰਿਤਸਰ ਟੂ ਬਿਲਾਸਪੁਰ, ਜਿਹੜੀ ਛੱਤੀਸਗੜ੍ਹ ਐਕਸਪ੍ਰੈਸ ਜਿਹੜੀ ਉਹ ਇੱਥੋਂ ਅੰਮ੍ਰਿਤਸਰ ਤੋਂ ਚੱਲ ਕੇ ਜਾਣ ਲਈ ਰੈਡੀ ਹੈ। ਸੋ ਜਿਹੜਾ ਸਿਗਨਲ ਆ ਉਹ ਹੋ ਚੁੱਕਾ ਇਸ ਟਾਈਮ ਛੱਤੀਸਗੜ੍ਹ ਵਾਲੀ ਦਾ, ਛੱਤੀਸਗੜ੍ਹ ਐਕਸਪ੍ਰੈਸ ਨੂੰ ਪਹਿਲੇ ਡਿਪਾਰਚਰ ਦਾ ਸਿਗਨਲ ਇੱਥੋਂ ਜਲੰਧਰ ਸਟੇਸ਼ਨ ਤੋਂ ਦਿੱਤਾ ਗਿਆ, ਅਤੇ ਸਾਡੇ ਲਈ ਹਜੇ ਵੀ ਥੋੜ੍ਹਾ ਇੰਤਜ਼ਾਰ ਹਜੇ ਵੀ ਜਿਹੜਾ ਉਹ ਹੈਗਾ। ਡਿਪਾਰਚਰ ਦੇਖੋ ਤੁਸੀਂ ਇਸ ਟਾਈਮ ਛੱਤੀਸਗੜ੍ਹ ਬਿਲਾਸਪੁਰ ਅੰਮ੍ਰਿਤਸਰ ਬਿਲਾਸਪੁਰ ਐਕਸਪ੍ਰੈਸ ਦਾ, ਆਹ ਤੋਰਾ ਤੋ
स्पीड ट्रेन ने जी फड़ ली है बिल्कुल। साढ़े अगे अगे डिपार्चर देता गया है बिलासपुर वाली ट्रेन अमृतसर बिलासपुर 18237 ट्रेन नंबर। सो इस टाइम जिहड़ा 3 नंबर दे उत्तों पठानकोट सिटी वास्ते जिहड़ा है ट्रेन नूं डिपार्चर जिहड़ा दे दिता गया ते वो ट्रेन जिहड़ी है 3 नंबर तों डिपार्ट हो चुकी है। सो अपने वाली का भी डिपार्चर जिहड़ा वो कर दिता गया इत्थों जलंधर स्टेशन तों ते ट्रेन जिहड़ी है डिपार्ट हो चुकी है जलंधर स्टेशन तों। भज भज के लोग जिहड़े बाहर खड़े रह गए सी वो भज भज के चढ़ रहे हुण उत्ते। इधर जयप्रकाश जी बाय बाय करते हुए सारिआं नूं जलंधर वालिआं नूं ते हुण अपना जिहड़ा सफ़र वो आगरे वास्ते रेडी हो गया। सो अज लई जिहड़ा इत्थों आपां हुशियारपुर पहुँचना 5 नंबर स्टेशन तों 5 नंबर प्लेटफॉर्म तों जिहड़ा जलंधर सिटी तों असीं डिपार्ट कर चुके हैं ते हुण मिलदे हां तुहानूं थोड़ी देर च कैंट स्टेशन दे उत्ते पहुँच के। ट्रैक जिहड़ा उह चेंज कर लिया इहने मेन ट्रैक दे उत्ते दिल्ली वाले ते अग्गे वध गई है ते कैंट तक इसे ट्रैक ते चलेगी। तो इत्थों एक ट्रैक जिहड़ा आ उह पठानकोट लई लागू हो जांदा एक ट्रैक जिहड़ा आ उह गां अग्गे दिल्ली वाली लाइन ते वध जांदा ते जलंधर स्टेशन जंक्शन कहा जांदा जिहनूं जिथों एक लाइन फिरोजपुर नूं एक लाइन अमृतसर नूं एक लाइन दिल्ली नूं एक लाइन पठानकोट नूं निकल जाती इस करके स्टेशन नूं जलंधर जंक्शन कहा जाता। जंक्शन का मतलब हुंदा कि जिथों एक स्टेशन तो कई जगह के उत्ते लाइना जिहड़ियां वो निकल जांदियां अलग अलग ट्रेना अलग अलग रूट के उत्ते निकल सकदियां जंक्शन उस स्टेशन का नाम हुंदा। तो यार्ड दे विच खड़ा होया DMU जिहड़ा के ट्रैक की आवाज़ जिहड़ी तुसीं सुन सकते जो ट्रेन के सफ़र का नज़ारा है वो ट्रैक की आवाज़ ही है किसी म्यूजिक नालों घट नहीं है। इतों एक लाइन जी पठानकोट लई अलग होंगी हुई साढ़े नाल जलंधर स्टेशन तो जी नाल नाल लाइन जा रही है जिदा ही कर्व कर रही है सिर्फ पठानकोट वास्ते ट्रैक जिहड़ा वो अलग हो रहा है इतों। साडा DMU जिहड़ा वो कैंट स्टेशन वल वधदा होया एक घंटे के डिले नाल इतों जलंधर स्टेशन तो निकलिया तो हौली हौली ये अपनी रफ्तार नूं फड़दा होया तो जलंधर शहर जिहड़ा वो तुसीं नाल दी नाल देख रहे हो। ट्रेन ने जिहड़ी रफ्तार अपनी वो फड़ ली हुई तो हौली हौली असीं कैंट स्टेशन वल वध रहे हैं मिलते हैं तुहानूं अगले स्टेशन पर। सो रफ्तार जिहड़ी ट्रेन ने पूरी तरह फड़ ली है जिदा कि तुसीं देख रहे हो ग्रीन सिग्नल मिल गया इहनूं चारों तरफों तार जिहड़ी पूरी तरह अपनी मेनटेन कर ली इन्हें इतों हवा ठंडी ठंडी लगनी शुरू हो गई है। PAP वाला जिहड़ा फ्लाईओवर वो लंघ चुके आपां
जिदा ही स्टेशन कैंट स्टेशन के लागे पहुँच रही है ट्रेन, उदा ही ट्रेन की रफ्तार थोड़ी जी घटूगी। कैंट का जोड़ा स्टेशन वह भी जंक्शन मनिया जाता जिस एक लाइन पठानकोट निकलती है, दूसरी लाइन हुशियारपुर निकलती है। पुल असी निकल चुके हैं, कैंट के स्टेशन के अंदर एंटर करती हुई ने, तो नाल जी सड़क है कैंट स्टेशन के नाल जी जाती है, जेडे तो जलंधर के रहने वाले उन्होंने पता है कि स्टेशन के नाल जी सड़क जाती है कैंट के नाल नाल उस ट्रैक वाल ट्रेन ये वध रही है। ट्रैक अलग होंदा है साढ़े नाल, इतों एक सड़क जी दुगोया तो तलन साहब वाल वज जाती है, ये बड़ा वो रोड आ साढ़े साइड पर जाता हुआ, तो मेरी बिल्कुल ओपोजिट साइड दूजी साइड के उड़ा प्लेटफॉर्म कैंट स्टेशन का आ चुका। सो कैंट स्टेशन तो भी जोड़ा सा डिपार्चर जोड़ा वो हो चुका, तो हूँ गड्डी जी बढ़ रही है अगे हुशियारपुर वालू, जो पहला स्टेशन आएगा बलीना दुआबा, उसके बाद आदमपुर, आदमपुर तो बाद कठार जिन्हों शाम चौरासी स्टेशन भी कहा जाता, तो बाद हुशियारपुर। सो इतों लैके जोड़ा हुशियारपुर तक का सफर अज तुम अभी दिखा रहे हैं, फिर अगली वीडियो असं तुम दिखावे हुशियारपुर तो लैके आगरा तक का सफर जिन्ना तुम दिखा सके, क्योंकि नाइट का सफर होना 10-10:30, 11 बजे की ट्रेन है उतों। तो हुण कई लोगों ने यह भी कहना कि तुम सीधी क्यों नहीं ट्रेन फड़ी, सीटा नहीं सी मिल रही, तो दो छुट्टियां आ गई, तो कितने ना कितने घूमण का जोड़ा वो प्रोग्राम से हूँ बहने लिए एक नव सफर होगा, एक नव एक्सपीरियंस होगा, जरूर वीडियो देखो। सो इतों जी ट्रेन वो निकल चुकी है, इलेक्ट्रिक लोकोमोटिव साड़ी जी ट्रेन आने कर्व लै लिया हो हुशियारपुर वाल, हुशियारपुर वाली लाइन के उत्ते वधदी हुई ट्रेन हौली हौली, तो मेरी राइट लैफ्ट हैंड साइड के उत्ते ट्रेन ने कर्व लिया। एक लाइन इतों दिल्ली लुधियाना वास्ते लागू होंगी हुई, तो साड़ी ट्रेन जी हुशियारपुर वाल वधदी हुई, सारा ये सिंगल रूट है, सिंगल ट्रैक है हुशियारपुर तक, बिच जड़े भी स्टेशन आने उ जोड़ा ट्रैक वो डबल होंदा, तो बाद मतलब जो भी क्रॉसिंग वगैरह होंगी है वो उन्हें स्टेशन के विचकार ही करवाई जाती है। लो नज़ारा ट्रेन के सफर का,
ਨਵਾਂ ਜਿਹੜਾ ਫਾਟਕ ਆ ਰਿਹਾ ਉਹ ਤਲਨ ਸਾਹਿਬ ਵਾਲਾ ਫਾਟਕ ਆ ਰਿਹਾ ਇਹ ਫਾਟਕ ਜਿਹੜਾ ਇੱਕ ਟਕੋਏ ਨੂੰ ਅਤੇ ਦੂਸਰਾ ਸਾਈਡ ਤਲਨ ਸਾਹਿਬ ਨੂੰ ਜਾਂਦੀ ਹੋਈ ਹੈ ਸੜਕ ਅਤੇ ਮਿਲਦੇ ਤੁਹਾਨੂੰ ਮਲੀਨ ਦੁਆਬਾ ਸਾਡੀ ਜਿਹੜੀ ਟ੍ਰੇਨ ਆ ਉਹ ਪਹੁੰਚ ਚੁੱਕੀ ਬਲੀਨਾ ਦੁਆਬਾ ਅਤੇ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਈ ਫਿਲਮਾਂ ਦੀ ਸ਼ੂਟਿੰਗ ਜਿਹੜੀ ਉਹ ਬਲੀਨਾ ਦੁਆਬਾ ਸਟੇਸ਼ਨ 'ਤੇ ਹੋ ਚੁੱਕੀ ਆ ਯਾਰ ਅਨਮੁੱਲੇ ਦੇ ਵਿੱਚ ਇਸੇ ਸਟੇਸ਼ਨ ਦੇ ਉੱਤੇ ਕਈ ਸੀਨ ਫਿਲਮਾਏ ਗਏ ਆ ਫਿਰ ਸਨ ਆਫ ਸਰਦਾਰ ਦੇ ਵਿੱਚ ਵੀ ਕਈ ਸੀਨ ਇੱਥੇ ਫਿਲਮਾਏ ਗਏ ਆ ਇੱਧਰ ਸੋਮਾ ਭਾਅ ਜੀ ਅਤੇ ਮੈਂ ਦੋਨੇ ਅਸੀਂ ਲਟਕੇ ਹੋਏ ਹਾਂ ਇੱਕ ਹਿਸਾਬ ਦੇ ਉਹ ਬਾਰੀ ਦੇ ਵਿੱਚ ਲਟਕੇ ਅਤੇ ਮੈਂ ਖਿੜਕੀ ਦੇ ਵਿੱਚ ਸੋ ਹੋ ਚੁੱਕਾ ਆ ਬਲੀਨਾ ਦੁਆਬਾ ਤੋਂ ਆਉਣ ਵਾਲਾ ਜੀ ਆਦਮਪੁਰ ਜਿਹਨੂੰ ਰੇਲਵੇ ਦੇ ਹਿਸਾਬ ਨਾਲ ਕਹਿੰਦੇ ਖੁਰਦਪੁਰ ਅਤੇ ਅਸੀਂ ਪਹੁੰਚਣ ਵਾਲੇ ਹਾਂ ਬਸ ਥੋੜ੍ਹੀ ਦੇਰ ਦੇ ਵਿੱਚ ਆਦਮਪੁਰ ਟ੍ਰੇਨ ਵੱਧ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਜਿਹੜੇ ਸਿਗਨਲ ਆ ਉਹ ਤੁਹਾਨੂੰ ਦਿਖਾਈ ਦੇ ਰਿਹਾ ਹੋਣਾ ਦੂਰੋਂ ਹੀ ਜਿਹੜੀ ਉਹ ਖੁਰਦਪੁਰ ਜਾਣੀ ਕਿ ਆਦਮਪੁਰ ਅਰਾਈਵ ਕਰ ਰਹੀ ਆ ਅਤੇ ਫਿਰ ਤੁਸੀਂ ਦੇਖ ਸਕਦੇ ਹੋ ਇੱਧਰ ਜਿਹੜਾ ਆਬਾਦੀ ਵਾਲਾ ਏਰੀਆ ਆਦਮਪੁਰ ਦਾ ਅਤੇ ਟ੍ਰੇਨ ਅਰਾਈਵ ਕਰ ਚੁੱਕੀ ਆ ਲਗਭਗ ਆਦਮਪੁਰ ਅਤੇ ਆ ਪਲੇਟਫਾਰਮ ਵੱਲ ਟ੍ਰੇਨ ਨੇ ਜਿਹੜਾ ਕਰਵ ਲੈ ਲਿਆ ਵਾ ਪਲੇਟਫਾਰਮ ਨੀਵੀਂ ਨੀਵੀਂ ਹੈ ਇੱਧਰ ਹੈ ਨਾ ਪਲੇਟਫਾਰਮ ਮੈਂ ਕਿਹਾ ਨੀਵੀਂ ਨੀਵੀਂ ਹੈ ਨਾ ਇੱਧਰ ਹਾਂ ਵਾਲਾ ਠੀਕ ਆ ਉਹ
ਉਧਰ ਆਣਾ ਹਾਂ ਨਹੀਂ ਨਾ ਕੋਈ ਮੈਂ ਕਿਹਾ ਹੈ ਨਹੀਂ ਨਾ ਕੋਈ ਉਧਰ ਉਹ ਟ੍ਰੇਨ ਜਿਹੜੀ ਆ ਉਹ ਖੁਰਦਪੁਰ ਜਾਂ ਜਿਹਨੂੰ ਕਹਿੰਦੇ ਆਦਮਪੁਰ ਪਹੁੰਚ ਚੁੱਕੀ ਹੈ ਅਰਾਈਵਲ ਹੋ ਚੁੱਕਾ ਅਤੇ ਮੈਂ ਤੁਹਾਨੂੰ ਦਿਖਾਉਂਦਾ ਹੁਣ ਨਾਲ ਦੀ ਨਾਲ ਸੋ ਇੱਥੋਂ ਚੜ੍ਹਨ ਵਾਲੇ ਯਾਤਰੀ ਵੀ ਬਹੁਤ ਆ ਸੋ ਇਹ ਜਿਹੜੀ ਆ ਅਦਰ ਸਾਈਡ ਆ ਟ੍ਰੇਨ ਦੀ ਆਦਮਪੁਰ ਸਟੇਸ਼ਨ ਜਿੱਥੇ ਅਸੀਂ ਖੜ੍ਹੇ ਹੋਏ ਹਾਂ ਦੂਰ ਦੂਰ ਤੱਕ ਸੁਨਮਸਾਨ ਪਿਆ ਹੋਇਆ ਜੀ ਆ ਸੋ ਇੱਥੋਂ ਜਿਹੜਾ ਸਿਗਨਲ ਉਹ ਹੋ ਚੁੱਕਾ ਡਿਪਾਰਚਰ ਦਾ ਅਤੇ ਆਹ ਦੇਖੋ ਅਲਾਰਮ ਦੇ ਤਾ ਟ੍ਰੇਨ ਨੇ ਅਤੇ ਜਿਹੜਾ ਡਿਪਾਰਚਰ ਉਹ ਆਦਮਪੁਰ ਸਟੇਸ਼ਨ ਤੋਂ ਹੋ ਚੁੱਕਾ ਅਤੇ ਮੈਂ ਇਸ ਸਾਈਡ 'ਤੇ ਇਸ ਕਰਕੇ ਆ ਗਿਆ ਕਿ ਸਾਡਾ ਜਿਹੜਾ ਰਾਈਟ ਹੈਂਡ ਸਾਈਡ ਹੈ ਨਾ ਜਦੋਂ ਟ੍ਰੇਨ ਇੱਧਰੋਂ ਹੁਸ਼ਿਆਰਪੁਰ ਵੱਲ ਨੂੰ ਜਾਂਦੀ ਹੈ ਅਤੇ ਰਾਈਟ ਹੈਂਡ ਸਾਈਡ ਦੇ ਉੱਤੇ ਏਅਰਬੇਸ ਜਿਹੜਾ ਆ ਏਅਰਫੋਰਸ ਦਾ ਆਦਮਪੁਰ ਉਹ ਆ ਜਾਂਦਾ ਉਹਨੂੰ ਦਿਖਾਉਣ ਕਰਕੇ ਮੈਂ ਤੁਹਾਨੂੰ ਇਸ ਸਾਈਡ ਦੇ ਉੱਤੇ ਆ ਗਿਆ ਵੈਸੇ ਤਾਂ ਪਲੇਟਫਾਰਮ ਦੂਜੀ ਸਾਈਡ 'ਤੇ ਸੀਗਾ ਅਤੇ ਇੱਥੋਂ ਹੁਣ ਅਸੀਂ ਤੁਹਾਨੂੰ ਲਾਈਟ ਦੇਖਦੀ ਹੋਊਗੀ ਦੂਰੋਂ ਹੀ ਇਹ ਏਅਰਬੇਸ ਦੀ ਜਿਹੜੀ ਲਾਈਟ ਆ ਉਹ ਆ ਹਾਂ ਜਿਹੜਾ ਤੁਹਾਨੂੰ ਦਰਖਤਾਂ ਦੇ ਦੂਸਰੇ ਪਾਸੇ ਨਜ਼ਰ ਆ ਰਹੀ ਨਾ ਲਾਈਟ ਉਹ ਏਅਰਬੇਸ ਦੀ ਆ ਸੋ ਜਿਹੜਾ ਆਦਮਪੁਰ ਦਾ ਏਅਰਪੋਰਟ ਬਣਾਇਆ ਗਿਆ ਇਸ ਟਾਈਮ ਡੋਮੈਸਟਿਕ ਵਾਸਤੇ ਜਾਂ ਫਲਾਈਟਾਂ ਜਿਹੜੀਆਂ ਇੱਥੋਂ ਉੱਡਦੀਆਂ ਉਹ ਵੀ ਇਸੇ ਸਾਈਡ 'ਤੇ ਪੈਂਦਾ ਟ੍ਰੇਨ ਜਿਹੜੀ ਉਹ ਨਿਕਲ ਚੁੱਕੀ ਹੈ ਇਸ ਟਾਈਮ ਲਾਈਟ ਜਿਹੜੀ ਆ ਦੇਖੋ ਆ ਜਿਹੜੀ ਉੱਪਰ ਨੂੰ ਪੈ ਰਹੀ ਹੈ ਏਅਰਬੇਸ ਦੀ ਲਾਈਟ ਆ ਕਾਫੀ ਲੰਬਾ ਏਰੀਆ ਜਿਹੜਾ ਏਅਰਬੇਸ ਦਾ ਇੱਥੋਂ ਇਹ ਫਾਟਕ ਆ ਅਤੇ ਨਾਲ ਨਹਿਰ ਆ ਇਹਦੇ ਨਾਲ ਨਾਲ ਇਹਦੇ ਨਾਲ ਜਾ ਕੇ ਜਿਹੜਾ ਏਅਰਪੋਰਟ ਜਲੰਧਰ ਦਾ ਆਦਮਪੁਰ ਦਾ ਕਹਿ ਸਕਦੇ ਹੋ ਉਹ ਇੱਥੋਂ ਸ਼ੁਰੂ ਹੋ ਜਾ ਰਿਹਾ ਆਹ ਇੱਕ ਲਾਈਟ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਤੇਜ਼ੀ ਨਾਲ ਉੱਪਰ ਜਾ ਰਹੀ ਜਿਹੜੀ ਉਹ ਏਅਰਬੇਸ ਦੀ ਲਾਈਟ ਆ ਰਫਤਾਰ ਜਿਹੜੀ ਉਹ ਅੱਛੀ ਖਾਸੀ ਹੈ ਡੀ ਐਮ ਯੂ ਦੀ ਤੋ ਇਹ ਤੁਸੀਂ ਦੇਖ ਰਹੇ ਹੋ ਏਅਰਪੋਰਟ ਦਾ ਏਰੀਆ ਜੋ ਪਿੱਛੇ ਲਾਈਟਾਂ ਜੋ ਵੀ ਨਜ਼ਰ ਆ ਰਹੀਆਂ ਨਾ ਇਹ ਸਭ ਏਅਰਪੋਰਟ ਦਾ ਏਰੀਆ ਲਾਈਟਾਂ ਜਗਦੀਆਂ ਦੇਖਦੀਆਂ ਨਾ ਦੂਰ ਕਾਫੀ ਦੂਰ ਅਤੇ ਆਹ ਜਿਹੜਾ ਇਹ ਸਾਡਾ ਏਅਰਬੇਸ ਦਾ ਏਰੀਆ ਵਾ ਲਾਈਟਿੰਗ ਸਿਸਟਮ ਜਿਹੜਾ ਆ ਉਹ ਤੁਹਾਨੂੰ ਨਜ਼ਰ ਆ ਹੀ ਗਿਆ ਉਹ ਲਾਈਟਾਂ ਦੇ ਵਿੱਚ ਆ ਦੇਖੋ ਜਿਹੜੀਆਂ ਪਿੱਛੇ ਲਾਈਟਾਂ ਲੱਗੀਆਂ ਗਈਆਂ ਨਾ ਇਹ ਰਨਵੇ ਦੀਆਂ ਰਾਤ ਦਾ ਸਮਾਂ ਆ ਪੂਰਾ ਪ੍ਰੋਪਰ
इस समय पहुँच चुकी है शाम 84 जिन्हों के बाय रोड जो तुम आओ तो कठार क्या जाता बाय रोड जो तुम हुशियारपुर आने तो कठार स्टेशन आए जिन्हों की शाम 84 का नाम बाय ट्रेन तुम आने तो शाम 84 आ सामने लिखे नजर तुम आऊगा उनका छोटा जहा स्टेशन है शाम 84 इतों जोड़ा वो हटवा पैंता मतलब जिस साइड तुम स्टेशन देख रहे हो ना उस साइड अगर असी उतरीए बस के दूजी साइड ही पैंता शाम 84 पेंड सो शाम 84 तो जोड़ा सा डिपार्चर हो चुका ट्रेन ने कोई बहुता लंबा हाल्ट नहीं इतने लिया तो एक 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 सैकेंड एक एक मिनट का ही मतलब हाल्ट लै रही है जिदा ही रुक रही उदा ही निकल रही है तो काफ़ी लेट वो जी उतों चली सी जलंधर स्टेशन तो 4:30 का टाइम से 5:35 से उतों निकली है तो ये हूँ शाम 84 का जोड़ा वो स्टेशन इन्हें डिपार्चर असी कर लिया इतों समय है तो लाइट घट हो जिदा कि सर्दियों ने दस्तक देती है छेती ही जोरा वो हो जाता इस करके वीडियो जी थोड़ा जा रात के टाइम की नज़र आ रही है नसराले चौल का पुल जोड़ा वो लंघ चुका गड्डी नसराले वाल वध रही है हौली 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 तो नहीं बहुत तेज है स्पीड काफ़ी है इस टाइम देख रहे हो कि हाईवे जोड़ा वो नाल दी नाल साढ़े जा रहा है इस टाइम काफ़ी तेज जी रफ्तार गड्डी है ट्रेन की ट्रेन ने जिदा ही हुशियारपुर पहुँचना है मेरे ख्याल में वो तो 15 या 20 मिनट दे ले तो बाद वापस जलंधर स्टेशन से आ जाएगी ले रवाना मतलब हो जाएगी वो बाद फिर जलंधर स्टेशन पर पहुँचेगी लास्ट का जरा ये रूट अप एंड डाउन का वो चलेगा नसराला स्टेशन जेड़ा वो आ चुका ते नसराले साड़ी ट्रेन जेड़ी वो पहुँच चुकी है इतने जेड़ा वो एक मिनट का हॉल्ट है नसराला स्टेशन काफ़ी नवे तरीके बनाया जा रहा ट्रेन जेड़ी इस समय नसराला पहुँच चुकी सो जयप्रकाश उतर गया थले थोड़ा हवा लैन ले सो काफ़ी लंबा सफ़र है असी पहले हुशियारपुर जावे और बाद जी हुशियारपुर तो आगरा ली चलती है ट्रेन असी वो सफ़र करा सो डिपार्चर जोड़ा वो साड़ा हो चुका नसराला तो इस समय अभी देख सकते हो असी नसराला दे स्टेशन बाय बाय करते हुए इतों से नसराला जोड़ा एक मिनट का इन्हें सिर्फ हॉल्ट लिया क्योंकि काफ़ी लेट जी जलंधर चली सी
DMU DMU ਤੇ EMU ਦੇ ਵਿੱਚ ਇੱਕ ਖਾਸਾ ਫਰਕ ਹੁੰਦਾ DMU ਜਿਹੜਾ ਉਹ ਡੀਜ਼ਲ ਇੰਜਨ ਲੋਕੋਮੋਟਿਵ ਦੇ ਨਾਲ ਚੱਲਦਾ ਤੇ EMU ਜਿਹੜਾ ਉਹ ਇਲੈਕਟ੍ਰਿਕ ਲੋਕੋਮੋਟਿਵ ਦੇ ਨਾਲ ਚੱਲਦਾ ਸੋ ਇਸ ਰੂਟ ਦੇ ਉੱਤੇ DMU ਜਿਹੜੇ ਉਹ ਜ਼ਿਆਦਾ ਆਪਰੇਟਿਵ ਆ ਸਰਾਲਾ ਜਿਹੜਾ ਉਹਨੂੰ ਅਸੀਂ ਡਿਪਾਰਚਰ ਹੁੰਦਾ ਹੋਇਆ ਇਸ ਸਮੇਂ ਇਸ ਸਾਈਡ ਜਿਹੜੀ ਸਾਡੇ ਉਹ ਸੋਨਾਲੀਕਾ ਦੀ ਜਿਹੜੀ ਫੈਕਟਰੀ ਆ ਉਹ ਆ ਗਈ ਹੈ ਸੋਨਾਲੀਕਾ ਜੋ ਟਰੈਕਟਰ ਮੈਨੂਫੈਕਚਰਿੰਗ ਦੇ ਵਿੱਚ ਬਹੁਤ ਵੱਡਾ ਨਾਂ ਇਸ ਸਮੇਂ ਵਰਲਡ ਦੇ ਵਿੱਚ ਸੋ ਹਾਂ ਤੁਸੀਂ ਦੇਖ ਸਕਦੇ ਹੋ ਕਾਫੀ ਟਰੈਕਟਰ ਜਿਹੜੇ ਇੱਥੇ ਉਹ ਖੜ੍ਹੇ ਹੋਏ ਆ ਸੋ ਉਹਨਾਂ ਵਾਸਤੇ ਜਿਹੜੀ ਉਹ ਟਰੈਕਟਰ ਜੇ ਉਹ ਅਹਿਮੀਅਤ ਰੱਖਦਾ ਉਹ ਕੋਈ ਹੋਰ ਚੀਜ਼ ਨਹੀਂ ਰੱਖਦੀ ਟਰੈਕਟਰ ਨੂੰ ਪੁੱਤਾਂ ਵਾਂਗ ਪਾਲਦੇ ਆ ਸੋ ਇਹ ਬਹੁਤ ਵੱਡਾ ਯੂਨਿਟ ਹੈ ਇਸ ਸਮੇਂ ਜਿਹੜਾ ਸਾਡੇ ਨਾਲ ਦੀ ਨਾਲ ਚੱਲ ਰਿਹਾ ਉਹ ਹੈ ਸੋਨਾਲੀਕਾ ਦਾ ਟਰੈਕਟਰ ਇੱਕ ਜ਼ਿਮੀਂਦਾਰ ਬੰਦੇ ਲਈ ਬਹੁਤ ਮਿਹਨਤ ਰੱਖਦੀ ਚੀਜ਼ ਅਤੇ ਸਾਡੇ ਨਾਲ ਦੀ ਨਾਲ ਯੂਨਿਟ ਜਿਹੜਾ ਉਹ ਸੋਨਾਲੀਕਾ ਦਾ ਚੱਲਦਾ ਹੋਇਆ ਕਾਫੀ ਵੱਡਾ ਯੂਨਿਟ ਆ ਕਾਫੀ ਰੁਜ਼ਗਾਰ ਲੋਕਾਂ ਨੂੰ ਇਸ ਏਰੀਏ ਦੇ ਵਿੱਚ ਇਸ ਯੂਨਿਟ ਨੇ ਦਿੱਤਾ ਕਾਫੀ ਲੰਬੀ ਕਾਫੀ ਵੱਡੀ ਇਹ ਫੈਕਟਰੀ ਜਿਹੜੀ ਹੈ ਸੋਨਾਲੀਕਾ ਦੀ ਟਰੈਕਟਰ ਦੀ ਇੱਥੇ ਟ੍ਰੇਨ ਜਿਹੜੀ ਹੈ ਉਹ ਸਾਡੀ ਹੁਸ਼ਿਆਰਪੁਰ ਦੇ ਵਿੱਚ ਐਂਟਰ ਕਰ ਰਹੀ ਹੈ ਇਸ ਸਮੇਂ ਅਤੇ ਹੁਸ਼ਿਆਰਪੁਰ ਦਾ ਜਿਹੜਾ ਪਲੇਟਫਾਰਮ ਆ ਉਹ ਸਾਡੀ ਰਾਈਟ ਹੈਂਡ ਸਾਈਡ 'ਤੇ ਆਏਗਾ ਕਾਫੀ ਜਿਹੜਾ ਇੱਥੇ ਜਿਹੜਾ ਰਸ਼ ਆ ਉਹ ਟ੍ਰੇਨ ਨੂੰ ਡੀਬੋਰਡ ਕਰਨ ਲਈ ਰੈਡੀ ਹੋ ਰਿਹਾ ਇਸ ਸਾਈਡ ਸਾਡੇ ਜਿਹੜਾ ਉਹ ਪਲੇਟਫਾਰਮ ਆਏਗਾ ਅਤੇ ਆਹ ਦੇਖੋ ਹਾਈਵੇ ਜਿਹੜਾ ਨਿਕਲਦਾ ਨਾਲ ਹੁਸ਼ਿਆਰਪੁਰ ਦੇ ਵਿੱਚ ਐਂਟਰ ਕਰ ਚੁੱਕੀ ਹੈ ਟ੍ਰੇਨ ਇਸ ਸਮੇਂ ਹੁਣ ਅਸੀਂ ਪਹੁੰਚ ਰਹੇ ਹਾਂ ਜੀ ਹੁਸ਼ਿਆਰਪੁਰ ਬੈਗ ਬੁੱਗ ਛੱਡ ਦਿੱਤਾ ਥੱਲੇ ਉਤਰਨ ਦੀ ਤਿਆਰੀ ਚੱਲਦੀ ਟ੍ਰੇਨ ਵਿੱਚੋਂ ਕਈ ਬੰਦੇ ਜਿਹੜਾ ਜੋ ਕਿ ਕਾਫੀ ਰਿਸਕੀ ਹੋ ਸਕਦਾ ਲਾਈਫ ਲਈ ਮੇਰੇ ਖਿਆਲ ਨਾਲ ਤਾਂ ਇੱਦਾਂ ਨਹੀਂ ਕਰਨਾ ਚਾਹੀਦਾ ਲੇਕਿਨ ਟ੍ਰੇਨ ਹੌਲੀ ਹੋ ਚੁੱਕੀ ਆ ਅਤੇ ਮਤਲਬ ਚੱਲਦੀ ਟ੍ਰੇਨ ਦੇ ਵਿੱਚ ਵੀ ਲੋਕ ਉਤਰਨੇ ਸ਼ੁਰੂ ਹੋ ਗਏ ਆ ਸਾਡੀ ਟ੍ਰੇਨ ਜਿਹੜੀ ਉਹ ਰੁਕਦੀ ਅਤੇ ਅਸੀਂ ਫਿਰ ਤੁਹਾਨੂੰ ਦਿਖਾਉਂਦੇ ਹੁਸ਼ਿਆਰਪੁਰ ਦਾ ਸਟੇਸ਼ਨ ਸਭ ਤੋਂ ਅਲੱਗ ਸਟੇਸ਼ਨ ਹੈ ਕਿਉਂਕਿ ਇਹਦੇ ਅੱਗੇ ਕੋਈ ਸਟੇਸ਼ਨ ਨਹੀਂ ਮੇਰੇ ਖਿਆਲ ਸੋ ਇੱਥੋਂ ਜਾਣ ਲਈ ਅਲੱਗ ਅਲੱਗ ਆਪਸ਼ਨ ਹੈ ਹਿਮਾਚਲ ਜਾਣਾ ਤੁਸੀਂ ਅਤੇ ਉਹ ਹੁਸ਼ਿਆਰਪੁਰ ਉੱਤਰ ਕੇ ਤੁਸੀਂ ਚਿੰਤਪੁਰਨੀ ਜੀ ਜਵਾਲਾ ਜੀ ਊਨਾ ਅਲੱਗ ਅਲੱਗ ਜਗ੍ਹਾ 'ਤੇ ਜਾ ਸਕਦੇ ਲੇਕਿਨ ਬਾਈਪਾਸ ਜਾ ਸਕਦੇ ਟ੍ਰੇਨ ਦਾ ਇਸ ਤੋਂ ਅੱਗੇ ਕੋਈ ਸਫ਼ਰ ਨਹੀਂ ਹੈ ਮੇਰੇ ਲੈਫਟ ਹੈਂਡ ਸਾਈਡ ਦੇ ਉੱਤੇ ਜਿਹੜਾ ਉਹ ਟ੍ਰੇਨ ਖੜ੍ਹੀ ਹੈ ਇਸ ਸਮੇਂ ਮੇਰੇ ਖਿਆਲ ਨਾਲ ਅਸੀਂ ਜਿਸ ਦੇ ਵਿੱਚ ਸਫ਼ਰ ਕਰਨਾ ਆਗਰਾ ਵਾਲੀ ਉਹ ਸ਼ਾਇਦ ਇਹੀ ਟ੍ਰੇਨ ਆ ਹਾਂਜੀ ਹਾਂਜੀ ਮੇਰੇ ਆਗਰਾ ਛਾਉਣੀ ਵਾਲੀ ਜਿਹੜੀ ਟ੍ਰੇਨ ਆ ਜਿਹਦੇ ਵਿੱਚ ਅਸੀਂ ਇੱਥੋਂ ਸਫ਼ਰ ਕਰਨਾ ਆ ਆਗਰਾ ਤੱਕ ਦਾ ਉਹ ਸਾਡੇ ਆ ਤੁਹਾਡੇ ਤੁਸੀਂ ਲੈਫਟ ਸਾਈਡ ਦੇ ਉੱਤੇ ਦੇਖ ਸਕਦੇ ਹੋ ਇੱਥੋਂ ਜਿਹੜੀ ਹੈ ਇਹਦੀ ਡਿਪਾਰਚਰ ਆ ਉਹ 9:30 ਦਾ ਟਾਈਮ ਆ ਰਾਤ ਦਾ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ ਅਤੇ ਮੈਂ ਹੁਣ ਤੁਹਾਨੂੰ ਇੱਥੇ ਉਤਰ ਕੇ ਥੋੜ੍ਹਾ ਜਿਹਾ ਦਿਖਾਉਣਾ ਸੋ ਇਹ ਵਾਲਾ ਜਿਹੜਾ ਆਗਰਾ ਤੱਕ ਦਾ ਸਫ਼ਰ ਉਹ ਅਸੀਂ ਨੈਕਸਟ ਵਲੋਗ 'ਚ ਪਾਵਾਂਗੇ ਹੁਣ
ਸਾਨੂੰ ਇਜਾਜ਼ਤ ਦਿਓ। ਥੈਂਕ ਯੂ। ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ। ਏ ਸੀ ਕੋਚਿਸ ਹੈਗੇ ਆ, ਫਿਰ ਸਲੀਪਰ ਆ, ਫਿਰ ਇਹਦੇ ਵਿੱਚ ਜਰਨਲ ਆ, ਸਾਡਾ ਜਿੱਦਾਂ ਵੀ ਸਬੱਬ ਬਣਿਆ ਅਸੀਂ ਤੁਹਾਨੂੰ ਅਗਲੀ ਜਰਨੀ ਦਿਖਾਵਾਂਗੇ। ਅਤੇ ਹੁਣ ਇਸ ਟਾਈਮ ਮਤਲਬ ਪੂਰੀ ਤਰ੍ਹਾਂ ਰਸ਼ ਲੱਗ ਚੁੱਕਾ ਆ। ਜੇ ਤੁਸੀਂ ਦੇਖਿਆ ਇਹਦੇ ਉੱਤੇ ਵੇਖੋ, ਸਾਰੇ ਪੈਸੰਜਰ ਜਿਹੜੇ ਆ ਉਹ ਖੜ੍ਹੇ ਹੋ ਚੁੱਕੇ, ਉੱਠ ਕੇ ਸਟੇਸ਼ਨ ਆ ਚੁੱਕਾ, ਉਤਰਨ ਦੀ ਤਿਆਰੀ ਆ ਬਸ ਸਭ ਨੂੰ। ਸੋ ਰਸ਼ ਜਿਹੜਾ ਉਹ ਤੁਸੀਂ ਖਿੜਕੀ 'ਤੇ ਦੇਖ ਹੀ ਸਕਦੇ, ਤਕਰੀਬਨ ਸਾਰੀ ਟ੍ਰੇਨ ਇੱਥੇ ਜਿਹੜੀ ਉਹ ਖਾਲੀ ਹੋ ਰਹੀ ਹੈ। ਅਲੱਗ ਅਲੱਗ ਡੱਬਿਆਂ 'ਚ ਤੁਸੀਂ ਦੇਖ ਲਓ। ਜੈ ਪ੍ਰਕਾਸ਼ ਖੁਸ਼ ਹੋ ਰਿਹਾ, ਸੋਮਾ ਭਾਜੀ ਉੱਤਰ ਰਿਹਾ। ਸੋ ਇੰਨਾ ਰਸ਼ ਜਿਹੜਾ ਉਹ ਇੱਥੇ ਉਤਰਿਆ ਜਲੰਧਰ ਤੋਂ ਆ ਕੇ, ਅਤੇ ਜਲੰਧਰ ਜਾਣ ਵਾਲੀਆਂ ਸਵਾਰੀਆਂ ਵੀ ਕਾਫੀ ਵਾਪਸੀ ਵਾਲੀਆਂ ਤਿਆਰ ਆ। ਅਤੇ ਇਹ ਹੈ ਜੀ ਹੁਸ਼ਿਆਰਪੁਰ ਦਾ ਸਟੇਸ਼ਨ, ਕਾਫੀ ਸਾਫ ਸੁਥਰਾ ਸਟੇਸ਼ਨ ਆ। ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਧੰਨਵਾਦ। ਹੁਸ਼ਿਆਰਪੁਰ ਸਟੇਸ਼ਨ 'ਤੇ ਖੜ੍ਹੇ ਹਾਂ, ਇਸ ਸਮੇਂ ਪਹੁੰਚ ਚੁੱਕੇ ਹਾਂ।